ਸੁਖਪਾਲ ਖਹਿਰਾ ਦੇ ਹੱਕ ਵਿੱਚ ਆਉਣ ਲੱਗੇ ਆਮ ਆਦਮੀ ਪਾਰਟੀ ਦੇ ਵਿਧਾਇਕ। ਇਹ ਅਧਿਕਾਰ ਜ਼ਰੂਰ ਹੋਣਾ ਚਾਹੀਦਾ ਕਿ ਪੰਜਾਬ ਦੇ ਮੁੱਦਿਆਂ ਦਾ, ਪੰਜਾਬ ਦੀ ਤਕਦੀਰ ਦਾ, ਪੰਜਾਬ ਦੇ ਭਵਿੱਖ ਦਾ ਫੈਸਲਾ ਪੰਜਾਬ ਦੇ ਲੋਕਾਂ ਨੂੰ ਅਧਿਕਾਰ ਹੋਣਾ ਚਾਹੀਦਾ ਕਿ ਪੰਜਾਬ ਦੀ ਧਰਤੀ ਤੇ ਹੋਵੇ। ਗੜਸ਼ੰਕਰ ਤੋਂ ਆਪ ਵਿਧਾਇਕ ਜੈ ਕਿਸ਼ਨ ਰੋੜੀ ਖਹਿਰਾ ਧੜੇ ਚ ਸ਼ਾਮਲ। ਤਿੰਨ ਚਾਰ ਮੈਂ ਕਹੂੰਗਾ, ਤਿੰਨ ਚਾਰ ਹੋਰ ਵੀ ਜਿਹੜੇ ਸਾਡੇ MLA ਸਾਥੀ ਆ, ਸਾਨੂੰ ਲੱਗਦਾ ਵਾ ਕਿਉਂਕਿ ਸਾਡੀ ਜਦੋਂ ਵੀ ਉਹਨਾਂ ਨਾਲ ਗੱਲਬਾਤ ਹੁੰਦੀ ਆ ਕਿ ਉਹ ਸਾਡੇ ਨਾਲ ਆਉਣਾ ਚਾਹੁੰਦੇ ਆ। ਸੋ ਇਹ ਤਿੰਨ ਚਾਰ ਹੋਰ ਵੀ ਸਾਡੇ ਨਾਲ MLA ਸਾਹਿਬਾਨ, ਸਾਨੂੰ ਲੱਗਦਾ ਵਾ ਕਿ ਆਉਣਾ ਚਾਹੁੰਦੇ ਆ, ਲੇਕਿਨ ਕੁਝ ਲੋਕ ਉਹਨਾਂ ਨੂੰ ਫੋਨ ਕਰ ਕਰਕੇ ਰੋਕ ਰਿਹਾ। ਇਹਨਾਂ ਨੇ ਦੋ ਨਾਂ ਲਏ, ਉਹ ਬਿਲਕੁਲ ਨਾ, ਦੁਰਗੇਸ਼ ਪਾਠਕ ਔਰ ਗੈਰੀ ਵਰੀ। ਜੀ ਹਾਂ, ਵਿਰੋਧੀ ਧਿਰ ਦੇ ਨਵੇਂ ਬਣੇ ਆਗੂ ਹਰਪਾਲ ਚੀਮਾ ਨੇ ਬਾਗੀ ਸੁਖਪਾਲ ਖਹਿਰਾ ਸਣੇ ਬਾਗੀ ਆਪ ਵਿਧਾਇਕਾਂ ਨੂੰ ਮਨਾਉਣ ਦਾ ਅਜਿਹਾ ਦਾਅਵਾ ਕੀਤਾ ਕਿ ਕੇਜਰੀਵਾਲ ਅਤੇ ਚੀਮਾ ਧੜੇ ਦੇ ਆਪਣੇ ਵਿਧਾਇਕ ਉਹਨਾਂ ਦੇ ਹੱਥੋਂ ਖੁੱਸਣ ਲੱਗੇ ਨੇ। ਆਪ ਦੇ 6 ਬਾਗੀ ਵਿਧਾਇਕਾਂ ਤੋਂ ਬਾਅਦ ਗੜਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਰੋੜੀ ਨੇ ਵੀ ਪਾਰਟੀ ਹਾਈਕਮਾਂਡ ਤੋਂ ਬਾਗੀ ਹੋਏ ਸੁਖਪਾਲ ਖਹਿਰਾ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਦਰਮਿਆਨ ਆਉਣ ਦਾ ਮਕਸਦ ਇਹ ਆ ਕਿ ਸਾਡੇ ਸਾਰਿਆਂ ਦੇ ਬੜੇ ਸਤਿਕਾਰਯੋਗ ਕੋਲੀਗ ਜੈ ਸਿੰਘ ਰੋੜੀ MLA ਗੜਸ਼ੰਕਰ, ਇਹਨਾਂ ਨੇ ਇੱਕ ਆਪਣਾ ਵਡਮੁੱਲਾ ਫੈਸਲਾ ਲਿਆ ਵਾ ਕਿ ਇਹ ਅੱਜ ਤੋਂ ਬਾਅਦ ਜੋ ਸਾਡਾ ਇੱਕ ਅਸੀਂ ਇੱਕ ਆਵਾਜ਼ ਪੁਕਾਰ ਲਾਈ ਬਠਿੰਡੇ ਦੀ ਰੈਲੀ ਤੋਂ, ਪੰਜਾਬ ਦੇ ਖੁਦਮੁਖਤਿਆਰੀ ਲਈ, ਪੰਜਾਬ ਦੇ ਮਾਣ ਅਤੇ ਇੱਜ਼ਤ ਵਾਸਤੇ, ਜੈ ਸਿੰਘ ਜੀ ਨੇ ਆਪਣੇ ਸਾਰੇ ਉੱਥੇ ਜਿੰਨਾ ਇਹਨਾਂ ਦਾ ਵੋਲੰਟੀਅਰ ਡਾਟਾਬੇਸ ਵਿਸ਼ਵ 'ਚ ਬੈਠੇ ਸਾਰੇ ਸਤਿਕਾਰਯੋਗ ਪੰਜਾਬੀਆਂ ਨਾਲ ਰਾਏ ਮਸ਼ਵਰਾ ਕਰਕੇ ਅੱਜ ਇਹਨਾਂ ਨੇ ਸਾਡੇ ਨਾਲ ਆਪਣੀ ਸਪੋਰਟ ਦੇਣ ਦਾ ਐਲਾਨ ਕੀਤਾ। ਅਸੀਂ ਸਾਰੇ ਸਮੂਹ ਸਤਿਕਾਰਯੋਗ ਸਾਡੇ ਜਿੰਨੇ MLAs ਨੇ, ਅਸੀਂ ਉਹਨਾਂ ਦਾ ਭਰਪੂਰ ਸਵਾਗਤ ਕਰਦੇ ਹਾਂ ਔਰ ਅਸੀਂ ਇਹਨਾਂ ਨੂੰ ਇਹਨਾਂ ਦਾ ਮਾਣ ਸਤਿਕਾਰ ਕਰਦੇ ਹਾਂ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ, ਪੰਜਾਬੀਆਂ ਦੇ ਲੋਕਾਂ, ਪੰਜਾਬੀਆਂ ਦੀ ਨਫਜ਼ ਨੂੰ ਪਛਾਣਦੇ, ਪੰਜਾਬ ਦੇ ਲੋਕਾਂ ਦੇ ਭਾਵਨਾਵਾਂ ਦੇ ਅਨੁਕੂਲ ਬਹੁਤ ਵੱਡਾ ਫੈਸਲਾ ਲਿਆ। ਇੱਥੇ ਕਾਬਲੇ ਤਾਰੀਫ ਇੱਕ ਗੱਲ ਆ ਜੈ ਸਿੰਘ ਰੋੜੀ ਦੀ ਕਿ ਆਹ ਜਿਹੜੇ ਕੁਛ ਦਿਨ ਵਿੱਚ ਪਏ ਵੀ ਸੀਗੇ, ਇਹਨਾਂ ਨੇ ਬਤੌਰ ਇੱਕ ਪੋਜ਼ਿਟਿਵ ਮੀਡੀਏਟਰ ਦਾ ਰੋਲ ਅਦਾ ਕੀਤਾ। ਸਾਡੇ 4 MLA ਸੀਗੇ, ਉਹਨਾਂ ਸਾਰਿਆਂ ਚਾਰਾਂ ਨੇ ਦਿੱਲੀ ਜਾ ਕੇ ਆਪਣੀ ਲੀਡਰਸ਼ਿਪ ਨੂੰ ਪਹਿਲੀ ਤਾਂ ਸਾਡੀ ਮੀਟਿੰਗ ਕਰਵਾਈ ਜਦੋਂ ਅਸੀਂ ਗਏ, ਸ਼ਾਇਦ 28-29 ਰਾਤ ਨੂੰ ਜਦੋਂ ਅਸੀਂ ਮਿਲੇ ਹਾਂ ਉੱਥੇ ਮਨੀਸ਼ ਸਿਸੋਦੀਆ ਜੀ ਨੂੰ, ਅਤੇ ਦੇਵਰ ਦਾ ਫੈਸਿਲੀਟੇਟਰਸ, ਉਹਨਾਂ ਦਾ ਮੈਂ ਬਹੁਤ ਰਿਣੀ ਹਾਂ ਕਿ ਉਹਨਾਂ ਨੇ ਪੋਜ਼ਿਟਿਵ ਸਾਰੂ ਰੋਲ ਕੀਤਾ। ਉਹਦੇ ਵਿੱਚ ਜੈ ਸਿੰਘ ਜੀ ਰੋੜੀ ਦਾ ਮੇਨ ਰੋਲ ਸੀ ਔਰ ਇਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਵੀ ਬਹੁਤ ਚਾਰਾਜੋਈ, ਬਹੁਤ ਯਤਨ ਕੀਤੇ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਪਾੜਾ ਬਣਿਆ ਹੋਇਆ ਵਾ ਜਾਂ ਜੋ ਸਾਡੀਆਂ ਪੰਜਾਬ ਦੀਆਂ ਪੁਰਜ਼ੋਰ ਅਤੇ ਪੁਖਤਾ ਅਤੇ ਪਲੱਸ ਬੜੀਆਂ ਵਾਜਬ ਗੱਲਾਂ ਅਸੀਂ ਕਹਿ ਰਹੇ ਹਾਂ, ਉਹ ਸਾਡੀਆਂ ਗੱਲਾਂ ਸੁਣੀਆਂ ਜਾਣੀਆਂ ਚਾਹੀਦੀਆਂ। ਪਰੰਤੂ ਜਦੋਂ ਇਹਨਾਂ ਨੇ ਦੇਖਿਆ ਕਿ ਨਹੀਂ ਕਿਸੇ ਪਾਸੇ ਗੱਲ ਲੱਗ ਰਹੀ, ਤਾਂ ਦੈਨ ਹੀ ਸੈਡ ਕਿ ਮੈਂ ਆਪਣਾ ਪੱਖ ਪੰਜਾਬ ਦੇ ਨਾਲ ਰੱਖਣਾ ਚਾਹੁੰਦਾ ਵਾਂ, ਇਸ ਲਈ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਹੁਣ ਮੈਂ ਮਾਈਕ ਹੈਂਡਓਵਰ ਜਿਹੜਾ ਕਰ ਦਿੰਦਾ ਵਾਂ ਜੈ ਸਿੰਘ ਜੀ ਰੋੜੀ ਸਾਹਿਬ ਨੂੰ, ਤਾਂ ਕਿ ਪਲੀਜ਼ ਤੁਸੀਂ ਇਹਨਾਂ ਦੀ ਗੱਲ ਪੂਰੀ ਸੁਣੋ, ਕੁਐਸਚਨਸ ਵੀ ਲੈ ਲਾਂਗੇ, ਉਸ ਤੋਂ ਬਾਅਦ ਸਾਰਿਆਂ ਦਾ ਮੇਰਾ ਤਾਂ ਮੋਬਾਈਲ ਹੈ ਹੀ ਨਹੀਂ, ਆਪਾਂ ਥੋੜ੍ਹੇ ਨਾ ਟੂ ਕਰਦੇ ਸਾਈਡ 'ਤੇ ਕਰ ਲਓ, ਸਾਈਡ 'ਤੇ
ਆਹ ਬੰਦ ਕਰ ਲਿਓ, ਤੁਹਾਡਾ ਮੋਬਾਈਲ ਉੱਤੇ ਪਿਆ। ਚਲੋ ਕਰ ਸਟਾਰਟ। ਤੁਹਾਡਾ ਸਾਰਿਆਂ ਦਾ ਇੱਥੇ ਮੈਂ ਆਉਣ 'ਤੇ ਸਾਰਿਆਂ ਦਾ ਸਵਾਗਤ ਕਰਦਾ, ਤਹਿ ਦਿਲੋਂ ਧੰਨਵਾਦ ਵੀ ਕਰਦਾ। ਔਰ ਸਭ ਤੋਂ ਪਹਿਲਾਂ ਜਦੋਂ ਖਹਿਰਾ ਸਾਹਿਬ ਨੇ ਪਿੱਛੇ ਜੇ ਪ੍ਰੈਸ ਕਾਨਫਰੰਸ ਕੀਤੀ ਸੀ, ਉਸ ਦੇ ਵਿੱਚ ਮੈਂ, ਤੁਹਾਨੂੰ ਸਾਰਿਆਂ ਨੂੰ ਪਤਾ, ਮੈਂ ਸ਼ਾਮਿਲ ਸੀ। ਔਰ ਇੱਕ ਅੱਛੇ ਪਰਿਵਾਰ ਦੇ ਵਿੱਚ ਉਸ ਮੈਂਬਰ ਦੀ ਹਮੇਸ਼ਾ ਸ਼ਲਾਘਾ ਕਰਨੀ ਚਾਹੀਦੀ ਹੈ ਜਿਹੜਾ ਪਰਿਵਾਰ ਨੂੰ ਵਿਖੜਨ ਤੋਂ ਬਚਾਉਣ ਦੀ ਕੋਸ਼ਿਸ਼ ਕਰੇ। ਔਰ ਪਿੱਛੋਂ ਬੰਦ ਕਰ ਦਿਓ ਯਾਰ, ਇਹ ਸਾਰੇ ਆ ਜਿਹੜੇ ਮਾਈਕਸ ਨੇ ਇੱਥੋਂ ਦੇ ਆਫੀਸ਼ੀਅਲ ਬੰਦ ਕਰ ਦਿਓ। ਵੈਸੇ ਪੰਜਾਬ ਦੀ ਆਵਾਜ਼ ਪਹੁੰਚਾਉਣੀ, ਮੈਨੂੰ ਲੱਗਦਾ ਵੀ ਮਾਈਕ ਦੀ ਲੋੜ ਨਹੀਂ, ਬਿਨਾਂ ਮਾਈਕ ਤੋਂ ਕਰ ਲਾਂਗੇ ਆਪਾਂ ਗੱਲ। ਬੰਦ ਕਰ ਦਿਓ, ਡਾਊਨ ਕਰ ਦਿਓ। ਔਰ ਜੋ ਮੇਰਾ ਫਰਜ਼ ਬਣਦਾ ਸੀ ਔਰ ਮੇਰੀ ਇੱਕ ਕੋਸ਼ਿਸ਼ ਸੀ ਕਿ ਪੰਜਾਬ ਦੀ ਲੀਡਰਸ਼ਿਪ ਅਤੇ ਕੇਂਦਰ ਦੀ ਲੀਡਰਸ਼ਿਪ, ਉਸ ਦੇ ਵਿੱਚ ਇੱਕ ਸੁਨੇਹਾ ਦਿੱਤਾ ਜਾਵੇ, ਦੋਨਾਂ ਦੇ ਵਿਚਕਾਰ ਜਿਹੜੇ ਖਿੱਚੋ ਤਾਣ ਹੈ ਉਸ ਨੂੰ ਖਤਮ ਕੀਤਾ ਜਾਵੇ। ਮੈਂ ਆਪਣੇ ਕੁਝ ਵਿਧਾਇਕਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਦਿੱਲੀ ਪਹੁੰਚਿਆ ਸੀ। ਦਿੱਲੀ ਪਹੁੰਚਣ ਤੋਂ ਬਾਅਦ ਉੱਥੇ ਮੀਟਿੰਗ ਤੈਅ ਕੀਤੀ ਸੀ, ਪਰ ਉਸ ਮੀਟਿੰਗ ਦੇ ਵਿੱਚ ਕੋਈ ਫੈਸਲਾ ਨਹੀਂ ਹੋ ਸਕਿਆ। ਔਰ ਸਾਡਾ ਮਨ ਉਦਾਸ ਵੀ ਹੋਇਆ ਕਿ ਅਸੀਂ 3-4 ਦਿਨ ਤੋਂ ਲੱਗੇ ਹੋਏ ਹਾਂ ਕਿ ਪੰਜਾਬ ਦੇ ਅਤੇ ਦਿੱਲੀ ਦੇ ਵਿਚਕਾਰ ਜਿਹੜਾ ਪਾੜਾ ਉਹਨੂੰ ਪੂਰਾ ਕੀਤਾ ਜਾਵੇ, ਪਰ ਉਹ ਬੇਸਿੱਟਾ ਨਿਕਲੀ। ਉਸ ਤੋਂ ਬਾਅਦ ਪੁਰਜ਼ੋਰ ਕੋਸ਼ਿਸ਼ ਕੀਤੀ ਕਿ ਪੰਜਾਬ ਦੀਆਂ ਭਾਵਨਾਵਾਂ ਨੂੰ ਲੈ ਕੇ ਅਸੀਂ ਪੁਨਰ ਵਿਚਾਰ ਕਰੀਏ, ਪਰ ਦੁੱਖ ਦੀ ਗੱਲ ਇਹ ਹੈ ਕਿ ਉੱਥੇ ਸਾਡੀ ਜਿਹੜੀ ਉਹ ਸੁਣਵਾਈ ਨਹੀਂ ਹੋ ਸਕੀ। ਕਿਉਂਕਿ ਮੈਂ ਅੱਜ ਵੀ ਅਰਵਿੰਦ ਕੇਜਰੀਵਾਲ ਜੀ ਦਾ ਫੈਨ ਹਾਂ, ਮੈਂ ਉਹਨਾਂ ਦੀ ਸੋਚ ਦਾ ਫੈਨ ਹਾਂ, ਜਿਹੜਾ ਜਿਸ ਸੋਚ ਦੇ ਨਾਲ ਅਸੀਂ ਜੁੜੇ ਸੀ ਉਸ ਸੋਚ ਦੇ ਨਾਲ ਮੈਂ ਅੱਜ ਵੀ ਖੜ੍ਹਾ ਹਾਂ ਔਰ ਅੱਜ ਵੀ ਆਮ ਆਦਮੀ ਪਾਰਟੀ ਵਿੱਚ ਹਾਂ। ਪਰ ਮੈਂ ਇੱਕ ਇਹ ਜ਼ਰੂਰ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਫੈਸਲੇ ਆ ਉਹ ਦੁਰਗੇਸ਼ ਪਾਠਕ ਜਾਂ ਗੈਰੀ ਬਣਿੰਗ ਨਹੀਂ ਕਰੇਗਾ। ਮੈਂ ਉਹਨਾਂ ਫੈਸਲਿਆਂ ਦਾ ਵਿਰੋਧ ਕਰਦਾ। ਜਿਹੜੇ ਪੰਜਾਬ ਦੇ ਫੈਸਲੇ ਹੈ ਉਹ ਸਾਨੂੰ ਖੁਦ ਹੋ ਕੇ ਅੱਗੇ ਹੋ ਕੇ ਲੈਣੇ ਚਾਹੀਦੇ ਨੇ। ਔਰ ਦੂਜੀ ਗੱਲ, ਕਿਉਂਕਿ ਜਦੋਂ ਮੈਂ ਦਿੱਲੀ ਤੋਂ ਵਾਪਸ ਆਇਆ ਤਾਂ ਮੈਂ ਆਪਣੇ ਹਲਕੇ ਵਿੱਚ ਵੀ ਆਪਣੇ ਵਲੰਟੀਅਰਾਂ ਦੀ ਜਿਹੜੀ ਕੋਸ਼ਿਸ਼ ਹੈ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਕੀ ਰਾਏ ਹੈ। ਔਰ ਉਹਨਾਂ ਦੀ ਵੀ ਪ੍ਰਜੋਰ ਮੰਗ ਸੀ ਔਰ ਵਿਦੇਸ਼ ਦੇ ਵਿੱਚ ਜਿੰਨੇ ਵੀ NRI ਵੀਰ ਹੈ ਉਹਨਾਂ ਵੱਲੋਂ ਵੀ ਸੰਦੇਸ਼ ਆਇਆ ਕਿ ਸਾਨੂੰ ਇੱਕ ਹੋਣਾ ਚਾਹੀਦਾ। ਔਰ ਜਿਹੜੀ ਤੀਜੀ ਗੱਲ, ਇੱਕ ਵਹਿਮ ਸੀ, ਇੱਕ ਭਰਮ ਸੀ ਕਿ ਖਹਿਰਾ ਸਾਹਿਬ ਕਿਤੇ ਸਾਨੂੰ ਵਿਧਾਇਕਾਂ ਨੂੰ ਲੈ ਕੇ ਹੋਰ ਪਾਰਟੀ 'ਚ ਨਾ ਜਾਣਾ ਚਾਹੁੰਦੇ ਹੋਣ, ਕਿਉਂਕਿ ਮੈਂ ਉਹ ਵੀ ਆਪਣੀ ਗੱਲ ਪਹਿਲਾਂ ਕਲੀਅਰ ਕੀਤੀ ਕਿ ਅਸੀਂ ਕਿਸੇ ਤੀਜੀ ਪਾਰਟੀ ਜਾਂ ਦੂਜੀ ਪਾਰਟੀ 'ਚ ਨਹੀਂ ਜਾਣਾ। ਅਸੀਂ ਇਸੇ ਪਾਰਟੀ ਦੇ ਵਿੱਚ ਰਹਿ ਕੇ ਜੇਕਰ ਇਹ ਪੰਜਾਬ ਦੇ ਫੈਸਲੇ ਨੇ ਜਿਹੜੇ ਵੀ ਪੰਜਾਬ ਦੇ ਹਿੱਤ ਦੇ ਵਿੱਚ ਨੇ ਉਹਨਾਂ ਦੇ ਨਾਲ ਮੈਂ ਆਪਣੀ ਸਹਿਮਤੀ ਪਲਟਾਉਂਦਾ। ਔਰ ਜਿੰਨੇ ਵੀ ਸਾਡੇ ਪੰਜਾਬ ਦੇ ਫੈਸਲੇ ਨੇ ਮੈਂ ਉਹਨਾਂ ਦੇ ਨਾਲ ਪੂਰਨ ਪਰਿਪੱਕ ਹੋ ਕੇ ਇਹ ਫੈਸਲਾ ਲਿਆ ਹੈ ਕਿ ਪੰਜਾਬ ਦੇ ਲਈ, ਪੰਜਾਬੀਆਂ ਦੇ ਲਈ ਮੈਂ ਹਮੇਸ਼ਾ ਜਿਹੜੀ ਉਹ ਦਿਨ ਰਾਤ ਆਪਣੀ ਸੇਵਾ ਕਰਾਂਗਾ। ਸੋਰੀ, ਮੈਂ ਇੱਕ ਗੱਲ ਰਹਿ ਗਈ। ਔਰ ਪੰਜਾਬ ਦੇ ਵਿੱਚ ਬਠਿੰਡੇ ਤੋਂ ਬਾਅਦ ਜਿਹੜੀ ਇੱਕ ਆਪਣੇ ਜ਼ਿਲ੍ਹਾ ਪੱਧਰ 'ਤੇ ਅਸੀਂ ਗੱਲ ਕਰਨੀ ਹੈ ਉਹਦੇ ਵਿੱਚ ਵਲੰਟੀਅਰਸ ਮੀਟਿੰਗ ਦੀ ਗੱਲ, ਉਹ 11 ਤਰੀਕ ਨੂੰ ਜਿਹੜਾ ਪਹਿਲਾਂ ਹੁਸ਼ਿਆਰਪੁਰ ਸੀ ਉਹ ਮੇਰੇ ਕਹਿਣ 'ਤੇ ਖਹਿਰਾ ਸਾਹਿਬ ਨੇ ਗੜਸ਼ੰਕਰ ਕੀਤੀ ਹੈ। 11 ਤਰੀਕ ਨੂੰ ਸਵੇਰੇ 11 ਵਜੇ ਸਥਾਨ ਅਸੀਂ ਦੱਸ ਦਿਆਂਗੇ। ਉਹ ਗੜਸ਼ੰਕਰ ਦੇ ਵਿੱਚ ਅਸੀਂ ਜਿਹੜੀ ਆਪਣੀ ਫਸਟ ਵਲੰਟੀਅਰ ਮੀਟ ਹੈ ਉਹ ਅਸੀਂ ਜ਼ਰੂਰ ਕਰਾਂਗੇ। ਇਹਦੇ ਵਿੱਚ ਜਿਹੜੀ ਆਪਾਂ ਗੱਲ ਕਰੀਏ ਕਿ
ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਉਹ ਕੁਝ ਕੁ ਚੁਗਲੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੁਣਦੀ, ਕਿਉਂਕਿ ਪੰਜਾਬ ਦੇ ਵਿੱਚ ਅੱਜ ਤੱਕ ਜਿੰਨਾ ਵੀ ਨੁਕਸਾਨ ਹੋਇਆ, ਮੈਂ ਸਮਝਦਾ ਕਿ ਸਾਡੀ ਜਿਹੜੀ ਆਵਾਜ਼ ਉਹ ਕੇਜਰੀਵਾਲ ਸਾਹਿਬ ਤੱਕ ਪਹੁੰਚਣੀ ਹੀ ਨਹੀਂ ਦਿੱਤੀ ਗਈ। ਔਰ ਉੱਥੇ ਜਿਹੜੇ ਮਨੀਸ਼ ਸਿਸੋਦੀਆ ਜੀ ਨਾਲ ਸਾਡੀ ਗੱਲ ਹੋਈ, ਪਰ ਉਹਨਾਂ ਨੇ ਸਾਡੀ ਜਿਹੜੀ ਗੱਲ ਹੈ ਬਿਲਕੁਲ ਨਹੀਂ ਸੁਣੀ। ਉਹਨਾਂ ਨੇ ਇਹ ਕਹਿ ਕੇ ਟਾਲਤਾ ਕਿ ਠੀਕ ਹੋ ਜਾਊਗਾ ਸਭ ਕੁਛ ਆਪਣੇ ਆਪ। ਨਹੀਂ ਦੇਖੋ, ਉਹ ਜ਼ਿਆਦਾ ਸੁਣਨਾ ਨਹੀਂ ਚਾਹੁੰਦੇ ਜਾਂ ਉਹਨਾਂ ਤੱਕ ਆਵਾਜ਼ ਪਹੁੰਚਣ ਨਹੀਂ ਦਿੱਤੀ ਜਾਂਦੀ। ਇਹਦੇ ਵਿੱਚ ਜਿਹੜੇ ਵੀ ਮੀਡੀਏਟਰ ਨੇ ਉਹਨਾਂ ਦਾ ਮੁੱਖ ਦੋਸ਼ ਨਹੀਂ। ਇਹਦਾ ਮਤਲਬ ਤਾਂ ਇਹੀ ਹੈ ਜੀ, ਤਦੇ ਆਪਾਂ ਇੱਥੇ ਬੈਠੇ ਮੀਡੀਆ ਦੇ ਥਰੂ ਤਦੇ ਗੱਲ ਕਰ ਰਹੇ ਹਾਂ ਕਿ ਸਾਡੀ ਆਵਾਜ਼ ਉਹਨਾਂ ਤੱਕ ਜਾਣੀ ਚਾਹੀਦੀ ਹੈ। ਇਹ ਤਾਂ ਹੁਣ ਉਹੀ ਦੱਸ ਸਕਦੇ ਨੇ ਜੀ। ਨਹੀਂ, ਮੈਂ ਇੱਦਾਂ ਤਾਂ ਕੁਛ ਨਹੀਂ ਕਹਿਣਾ, ਉਹ ਸਾਡੇ ਸਤਿਕਾਰਯੋਗ ਨੇ, ਇਹ ਉਹਨਾਂ ਨੂੰ ਦੱਸ ਸਕਦੇ ਨੇ। ਨਹੀਂ, ਇਹ ਤਾਂ ਉਹ ਦੱਸ ਸਕਦੇ ਨੇ ਜੀ, ਇਹਦਾ ਜਵਾਬ ਮੈਂ ਕਿੱਦਾਂ ਦੇ ਸਕਦਾ। ਇਹ ਦੱਸ ਸਕਦੇ ਨੇ ਇਹਦਾ ਮੇਰੇ ਜੀ। ਬਿਲਕੁਲ ਫੈਨ ਆ ਜੀ, ਉਹਨਾਂ ਦੇ ਸੋਚ ਦੇ ਫੈਨ ਆ। ਮੇਰੀ ਕੇਜਰੀਵਾਲ ਮੇਰੀ ਅਰਵਿੰਦ ਜੀ ਨੂੰ ਇੱਕ ਗੁਜ਼ਾਰਿਸ਼ ਹੈ ਕਿ ਉਹ ਪੰਜਾਬ ਦੇ ਲੋਕਾਂ ਦੀ ਦਿਲ ਦੀ ਆਵਾਜ਼ ਸੁਣਨ, ਜਿਹੜੇ 3-4 ਜਣੇ ਉੱਥੇ ਜੁੰਡਲੀ ਮਾਰ ਕੇ ਬੈਠੇ ਉਹਨਾਂ ਦੇ ਆਵਾਜ਼ ਤੋਂ ਬਾਹਰ ਆਣ। ਮੈਂ ਹੁਣ ਬੇਨਤੀ ਕਰੂੰਗਾ, ਲੈਣ ਦਿਓ। ਹਾਂ, ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਛੋਟੇ ਤੌਰ ਨੂੰ ਬਾਹਰ ਕੱਢਿਆ, ਹੋਰ ਲੀਡਰਾਂ ਨੂੰ ਬਾਹਰ ਕੱਢਿਆ, ਕਿਉਂਕਿ ਉਹਨਾਂ ਨੂੰ ਡਿਕਟੇਟਰ ਮੰਨਿਆ ਜਾਂਦਾ ਹੈ। ਕਿਤੇ ਨਾ ਕਿਤੇ ਤੁਸੀਂ ਫੇਰ ਉਮੀਦ ਲਾਈ ਬੈਠੋ ਵੀ ਉਹ ਤੁਹਾਡੇ ਲਈ ਠੀਕ ਰਹਿਣਗੇ। ਨਹੀਂ ਦੇਖੋ, ਉਹਨਾਂ ਨੂੰ ਪੰਜਾਬ ਦੇ ਜਿਹੜੇ ਲੋਕ ਹੈ ਉਹਨਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ, ਔਰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਫੈਸਲਾ ਲੈਣਾ ਚਾਹੀਦਾ, ਇਹ ਮੇਰੀ ਮੰਗ ਹੈ। ਨਹੀਂ ਦੇਖੋ, ਮੈਂ ਅੱਜ ਵੀ ਕਹਿੰਦਾ ਕਿ ਮੈਂ ਪਾਰਟੀ ਦੇ ਨਾਲ ਹਾਂ, ਪਰ ਮੈਂ ਪਾਰਟੀ ਨੂੰ ਇਹ ਜ਼ਰੂਰ ਗੱਲ ਕਹਿਣਾ ਚਾਹੁੰਦਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਜ਼ਰੂਰ ਸੁਣੇ। ਬਿਲਕੁਲ ਆਸ ਹੈ ਜੀ, ਕਿਉਂ ਨਹੀਂ ਸੁਣਨਗੇ, ਆਸ ਨਾਲ ਹੀ ਜੀਵਨ ਹੈ ਭਾਜੀ ਅੱਗੇ। ਥੋੜ੍ਹਾ ਜਿਹਾ ਮੈਂ ਜਲਦ ਸੁਣਨੀ ਚਾਹੀਦੀ ਉਹਨਾਂ ਨੂੰ, ਜਲਦ ਸੁਣ ਲੈਣੀ ਚਾਹੀਦੀ। ਜਿੰਨੀ ਜਲਦੀ ਸੁਣਨਗੇ ਉਨਾ ਜਲਦੀ ਲੋਕਾਂ ਦਾ ਭਲਾ ਆ, ਪੰਜਾਬ ਦਾ ਭਲਾ ਆ। ਇਹ ਤਾਂ ਹੁਣ ਉਹੀ ਦੱਸ ਸਕਦੇ ਨੇ, ਸੁਣਨਗੇ ਕਿ ਨਹੀਂ ਸੁਣਨਗੇ। ਥੋੜ੍ਹਾ ਸੰਧੂ ਸਾਹਿਬ ਦੀ ਗੱਲ, ਮੈਂ ਦੋ ਕੁ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਉਸ ਤੋਂ ਪਹਿਲਾਂ ਜਿਹੜਾ ਇੱਕ ਸਵਾਲ ਆਇਆ ਸੀਗਾ ਕਿ ਉਹਨਾਂ ਨੂੰ ਉਹਨਾਂ ਤੱਕ ਸਹੀ ਗੱਲ ਪਹੁੰਚਦੀ ਨਹੀਂ ਆ, ਉਹ ਗੱਲ ਸੁਣਨਾ ਨਹੀਂ ਚਾਹੁੰਦੇ। ਸਾਡਾ ਹਾਲੀ ਵੀ ਮੰਨਣਾ ਵਾ ਵੀ ਸ਼ਾਇਦ ਉਹਨਾਂ ਨੂੰ ਇਹ ਸਹੀ ਗੱਲ ਪਹੁੰਚਦੀ ਨਹੀਂ ਉਹਨਾਂ ਤੱਕ। ਜਿਹੜੀ ਸਾਡੀ ਪਿੱਛੇ ਜੇ ਮੀਟਿੰਗ ਹੋਈ ਜਿਹਦੇ 'ਚ ਅਸੀਂ 13 ਵਿਧਾਇਕ ਸਨ, 8 ਇੱਥੋਂ ਅਸੀਂ ਗਏ ਸੀ, ਅਤੇ 4 ਜੈ ਸਿੰਘ ਰੋੜੀ ਅਤੇ ਇਹਨਾਂ ਦੇ ਨਾਲ 3 ਹੋਰ ਸਾਥੀ, ਅਤੇ ਉੱਥੇ ਬਾਅਦ ਹਰਵਿੰਦਰ ਸਿੰਘ ਫੂਲਕਾ ਵੀ ਆ ਗਏ। ਉਸ ਮੀਟਿੰਗ ਦੇ ਵਿੱਚੋਂ ਸਾਨੂੰ ਇਹੋ ਹੀ ਲੱਗਾ, ਕਿਉਂਕਿ ਉਹਨਾਂ ਨੇ ਜਿਵੇਂ ਆਪਣੀ ਇੰਟਰੋਡਕਸ਼ਨ ਦਿੱਤੀ ਵੀ ਅਸੀਂ ਆਹ ਕਰ ਜਾਏ ਤੁਹਾਡਾ, ਤੁਸੀਂ ਆਹ ਕੀਤਾ ਉਹ ਕੀਤਾ, ਉੱਥੇ ਇਹੋ ਹੀ ਲੱਗਾ ਕਿ ਸ਼ਾਇਦ ਉਹਨਾਂ ਤੱਕ ਸਹੀ ਗੱਲ ਪਹੁੰਚ ਨਹੀਂ ਰਹੀ। ਔਰ ਜਦੋਂ ਅਸੀਂ ਉਹਨਾਂ ਨੂੰ ਸਹੀ ਗੱਲ ਦੱਸੀ ਅਤੇ ਉਹਨਾਂ ਨੇ ਬੜੇ ਧਿਆਨ ਨਾਲ ਗੱਲ ਉਹ ਸਾਰੀ ਸੁਣੀ, ਸੋ ਇੱਥੋਂ ਇਹੋ ਹੀ ਲੱਗਦਾ ਵਾ ਵੀ ਸ਼ਾਇਦ ਪੂਰੀ ਗੱਲ ਉਹਨਾਂ ਤੱਕ। ਇੱਕ ਮਿੰਟ, ਮਨੀਸ਼ ਸੋਦੀਆ ਜੀ, ਅਰਵਿੰਦ ਕੇਜਰੀਵਾਲ ਜੀ ਨੂੰ ਅਸੀਂ ਉੱਧਰ ਨਹੀਂ ਮਿਲੇ, ਮੀਟਿੰਗ ਹੀ ਸਾਡੀ ਮਨੀਸ਼ ਸੋਦੀਆ ਜੀ ਨਾਲ ਸੀ, ਅਰਵਿੰਦ ਕੇਜਰੀਵਾਲ ਜੀ ਨਾਲ ਮੀਟਿੰਗ ਉਹ ਨਹੀਂ ਸੀਗੀ। ਦੂਸਰੀ ਗੱਲ ਇਹ ਆ ਕਿ ਜਿਵੇਂ ਜੈ ਸਿੰਘ ਰੋੜੀ ਹੋਣਾਂ ਨੇ ਵੀ ਇਹ ਗੱਲ ਕੀਤੀ ਆ
ਤਿੰਨ ਜਾਂ ਚਾਰ ਕਰੀਬ ਤਿੰਨ ਚਾਰ ਮੈਂ ਕਹੂੰਗਾ ਤਿੰਨ ਚਾਰ ਹੋਰ ਵੀ ਜਿਹੜੇ ਸਾਡੇ ਐੱਮ ਐੱਲ ਏ ਸਾਥੀ ਆ ਸਾਨੂੰ ਲੱਗਦਾ ਵਾ ਕਿਉਂਕਿ ਸਾਡੀ ਜਦੋਂ ਵੀ ਉਹਨਾਂ ਨਾਲ ਗੱਲਬਾਤ ਹੁੰਦੀ ਆ ਵੀ ਉਹ ਸਾਡੇ ਨਾਲ ਆਉਣਾ ਚਾਹੁੰਦੇ ਆ ਕਿਉਂਕਿ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣ ਰਹੇ ਆ ਕੁਝ ਸ਼ੰਕਾਵਾਂ ਜ਼ਰੂਰ ਹੁੰਦੀਆਂ ਵਾ ਜਿਵੇਂ ਜੈ ਸਿੰਘ ਨੂੰ ਵੀ ਕੋਈ ਸ਼ੰਕਾਵਾਂ ਸੀ ਅਸੀਂ ਡਿਸਕਸ਼ਨ ਕੀਤੀ ਔਰ ਉਹਨਾਂ ਵਾਕਿਆ ਲੱਗਾ ਕਿ ਇਹ ਤਾਂ ਬੜੀ ਐਵੇਂ ਡਿਸਇਨਫੋਰਮੇਸ਼ਨ ਕੈਂਪੇਨ ਸਾਡੇ ਖਿਲਾਫ਼ ਕੀਤੀ ਜਾ ਰਹੀ ਹੈ ਵੀ ਪਾਰਟੀ ਤੋੜਨਾ ਚਾਹੁੰਦੇ ਆ ਬਿਲਕੁਲ ਪਾਰਟੀ ਨਹੀਂ ਤੋੜਨੀ ਅਸੀਂ ਪਾਰਟੀ ਦੇ ਵਿੱਚ ਹਾਂ ਸਾਨੂੰ ਪਾਰਟੀ 'ਚ ਰਹਿ ਕੇ ਫਖਰ ਆ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਦੀਆ ਜੀ ਸਾਡੇ ਲੀਡਰ ਆ ਅਸੀਂ ਸਿਰਫ ਅਤੇ ਸਿਰਫ ਉਹਨਾਂ ਦੇ ਗਲਤ ਫੈਸਲੇ ਜਿਹੜੇ ਲਏ ਆ ਜਿਹੜੇ ਪੰਜਾਬ ਦੇ ਉੱਤੇ ਥੋਪੇ ਗਏ ਆ ਅਸੀਂ ਉਹਨਾਂ ਦੇ ਖਿਲਾਫ਼ ਹਾਂ ਸੋ ਇਹ ਤਿੰਨ ਚਾਰ ਹੋਰ ਵੀ ਸਾਡੇ ਨਾਲ ਐੱਮ ਐੱਲ ਏ ਸਾਹਿਬਾਨ ਸਾਨੂੰ ਲੱਗਦਾ ਵਾ ਵੀ ਆਉਣਾ ਚਾਹੁੰਦੇ ਆ ਲੇਕਿਨ ਕੁਝ ਲੋਕ ਉਹਨਾਂ ਨੂੰ ਫੋਨ ਕਰ ਕਰਕੇ ਰੋਕ ਰਿਹਾ ਇਹਨਾਂ ਨੇ ਦੋ ਨਾਂ ਲਏ ਉਹ ਬਿਲਕੁਲ ਨਾ ਦੁਰਗੇਸ਼ ਪਾਠਕ ਔਰ ਗੈਡੀ ਵਰਿੰਗ ਔਰ ਸਾਨੂੰ ਬੜਾ ਅਫਸੋਸ ਆ ਆਪਾਂ ਸਭ ਨੂੰ ਪਤਾ ਵਾ ਕਿ ਦਿੱਲੀ ਦੇ ਵਿੱਚੋਂ ਦੋ ਤਿੰਨ ਲੀਡਰਾਂ ਦੇ ਨਾਂ ਉਹਨਾਂ ਦੇ ਨਾਲ ਚੱਲਦੇ ਹੁੰਦੇ ਸੀ ਵੀ ਇਹ ਪੰਜਾਬ ਦੇ ਲੀਡਰਾਂ ਦੀ ਗੱਲ ਅੱਗੇ ਨਹੀਂ ਪਹੁੰਚਾਉਂਦੇ ਜਾਂ ਗੱਲ ਇਹ ਨਹੀਂ ਸੁਣ ਦਿੰਦੇ ਔਰ ਇਹ ਹਾਰ ਦੇ ਜ਼ਿੰਮੇਵਾਰ ਸੀ ਅਫਸੋਸ ਆ ਵੀ ਉਹ ਹੀ ਸ਼ਖਸ ਜਿਹੜੇ ਆ ਔਰ ਜਿਨ੍ਹਾਂ 'ਚ ਦੁਰਗੇਸ਼ ਪਾਠਕ ਵੀ ਸ਼ਾਮਿਲ ਨੇ ਉਹ ਅੱਜ ਵੀ ਜਿਹੜੇ ਵੱਡੇ ਫੈਸਲੇ ਲਏ ਜਾ ਰਹੇ ਉੱਥੋਂ ਉਹਨਾਂ ਲਈ ਜ਼ਿੰਮੇਵਾਰ ਨੇ ਉਹ ਔਰ ਅੱਜ ਵੀ ਦੇਖੋ ਜੇ ਅੱਜ ਉਹ ਲੋਕਾਂ ਨੂੰ ਰੋਕ ਰਹੇ ਆ ਲੋਕਾਂ ਨੂੰ ਰੋਕ ਰਹੇ ਆ ਕਿ ਐੱਮ ਐੱਲ ਏ ਨੂੰ ਰੋਕ ਰਹੇ ਆ ਕਿ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਨਾ ਸੁਣਨ ਔਰ ਜੋ ਦਿੱਲੀ ਕਰਨਾ ਚਾਹੁੰਦਾ ਵਾ ਜਾਂ ਕੁਝ ਸਾਡੇ ਇੱਥੋਂ ਦੇ ਲੋਕ ਜਿਹੜੇ ਦਿੱਲੀ ਨੂੰ ਜਾ ਕੇ ਦੱਸਦੇ ਆ ਕਿ ਉਹਨਾਂ ਦੇ ਨਾਲ ਉਹ ਚੱਲਣ ਸਾਨੂੰ ਬਹੁਤ ਸਾਰੇ ਸਾਡੇ ਬਾਹਰ ਵਸਦੇ ਪੰਜਾਬੀਆਂ ਅਤੇ ਪੰਜਾਬ ਦੇ ਵਿੱਚੋਂ ਲੋਕਾਂ ਨੇ ਇਹ ਵੀ ਕਿਹਾ ਵਾ ਕਿ ਕੁਝ ਹੋਰ ਵੀ ਜਿਹੜੇ ਐੱਮ ਪੀ ਸਾਹਿਬਾਨ ਆ ਉਹਨਾਂ ਨੂੰ ਵੀ ਨਾਲ ਤੁਸੀਂ ਲਓ ਖਾਸ ਕਰਕੇ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਸੰਗਰੂਰ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਪਾਰਟੀ ਦੇ ਪ੍ਰਧਾਨ ਵੀ ਸਨ ਜਿਨ੍ਹਾਂ ਨੇ ਅਸਤੀਫਾ ਦਿੱਤਾ ਸੀ ਕਿ ਉਹਨਾਂ ਨੂੰ ਨਾਲ ਲੈ ਕੇ ਤੁਰੋ ਅਸੀਂ ਸਾਡੀ ਪੂਰੀ ਕੋਸ਼ਿਸ਼ ਰਹੀ ਆ ਕਿ ਉਹ ਨਾਲ ਜ਼ਰੂਰ ਆਉਣ ਲੇਕਿਨ ਸਾਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਹੈ ਮੈਂ ਬੜੇ ਦੁੱਖ ਨਾਲ ਕਹਿ ਰਿਹਾ ਵਾਂ ਕਿ ਸਾਨੂੰ ਕੁਝ ਵਾਲੰਟੀਅਰਸ ਤੋਂ ਇਹ ਵੀ ਕਿਹਾ ਜਾ ਰਿਹਾ ਵਾ ਇਹ ਵੀ ਕਿਹਾ ਜਾ ਰਿਹਾ ਵਾ ਵੀ ਸ਼ਾਇਦ ਉਹ ਵੀ ਉਹਨਾਂ ਲੋਕਾਂ ਦੇ ਵਿੱਚ ਨੇ ਜਿਹੜੇ ਉਹਨਾਂ ਨੂੰ ਰੋਕ ਰਹੇ ਆ ਬਾਕੀ ਐੱਮ ਐੱਲ ਏ ਨੂੰ ਆਉਣ ਲਈ ਇਹਦੀ ਅਸੀਂ ਇਹਦੀ ਮੈਂ ਇਹਦੀ ਪੱਕੀ ਜਾਣਕਾਰੀ ਨਹੀਂ ਲੇਕਿਨ ਇਹ ਵਾਲੰਟੀਅਰਸ ਔਰ ਸਾਡੇ ਕੁਝ ਲੋਕਾਂ ਵੱਲੋਂ ਇਹ ਆਵਾਜ਼ ਸਾਨੂੰ ਸੁਣਾਈ ਦੇ ਰਹੀ ਆ ਅਸੀਂ ਆਸ ਕਰਦੇ ਹਾਂ ਵੀ ਇਸ ਆਵਾਜ਼ ਦੇ ਵਿੱਚ ਕੋਈ ਸੱਚ ਨਹੀਂ ਅਸੀਂ ਆਸ ਕਰਦੇ ਹਾਂ ਵੀ ਇਸ ਆਵਾਜ਼ ਦੇ ਵਿੱਚ ਕੋਈ ਸੱਚ ਨਹੀਂ ਇਸ ਤੋਂ ਇਲਾਵਾ ਅਸੀਂ ਇਹ ਵੀ ਵੇਖਿਆ ਵਾ ਕਿ ਪਿਛਲੇ ਕਰੀਬ ਸਵਾ ਕੁ ਸਾਲ ਤੋਂ ਸਾਡੇ ਬਹੁਤ ਸਾਰੇ ਵਾਲੰਟੀਅਰਸ ਜਿਹੜੇ ਸੀ ਹਾਰ ਤੋਂ ਬਾਅਦ ਔਰ ਜੋ ਪਾਰਟੀ ਦੀਆਂ ਗਤੀਵਿਧੀਆਂ ਚੱਲ ਰਹੀਆਂ ਸਨ ਜਾਂ ਕੋਈ ਗਤੀਵਿਧੀ ਨਹੀਂ ਹੋ ਰਹੀ ਸੀ ਕਈ ਥਾਵਾਂ 'ਤੇ ਤੁਹਾਨੂੰ ਪਤਾ ਹੀ ਆ 50-60 ਹਲਕਿਆਂ 'ਚ ਅੱਜ ਤੱਕ ਉੱਥੇ ਕੋਈ ਹਲਕਾ ਦਾ ਵਾਲੀਵਾਰਸ ਹੀ ਹੈ ਨਹੀਂਗਾ ਉਹ ਘਰ ਬਹਿ ਗਏ ਸਨ ਬਹੁਤ ਸਾਰੇ ਬਾਹਰ ਵਸਦੇ ਪੰਜਾਬੀ ਆਪਣੇ ਘਰ ਬਹਿ ਗਏ ਸਨ ਹੁਣ ਕੋਈ ਸੰਪਰਕ ਨਹੀਂ ਸੀ ਉਹਨਾਂ ਨਾਲ ਉਹਨਾਂ 'ਚ ਇੰਨਾ ਕੁ ਉਤਸ਼ਾਹ ਆ ਗਿਆ ਵਾ ਅੱਜ ਵੀ ਉਹ ਫੋਨ ਕਰ ਕਰਕੇ ਮਾੜੇ ਮੋਟੇ ਸਾਡੇ ਜਿਹੜੇ ਕਿਸੇ ਨਾਲ ਕੋਈ ਡਿਫਰੈਂਸਿਸ ਵੀ ਸੀ ਮਤਭੇਦ ਵੀ ਸੀ ਉਹ ਦੂਰ ਕਰਕੇ ਸਾਡੇ ਨਾਲ ਜੁੜਨਾ ਚਾਹੁੰਦੇ ਆ ਸਾਨੂੰ ਇਹਦੇ 'ਤੇ ਬਹੁਤ ਖੁਸ਼ੀ ਆ ਔਰ ਕਿਉਂਕਿ ਸਾਡੇ ਲੋਕਾਂ ਵੱਲੋਂ ਆਵਾਜ਼ ਆਈ ਆ ਕੱਲ੍ਹ ਅਸੀਂ ਇੱਕ ਐਪਲੀਕੇਸ਼ਨ ਲਾਂਚ ਕੀਤੀ ਹੈ ਇੱਕ ਫੋਰਮ ਭਰਵਾਇਆ ਵਾ ਅਸੀਂ ਔਨਲਾਈਨ ਬੇਸਿਕਲੀ ਡੇਟਾ ਜਿਹੜਾ ਵਾ ਇਕੱਠਾ ਕਰ ਰਹੇ ਉਹਦੇ ਤਹਿਤ ਇਹ ਸਹੀ ਆ ਕਿ ਪਾਰਟੀ ਨੇ ਵੀ ਕਰੀਬ 1.5 ਸਾਲ 1.5 ਸਾਲ ਪਹਿਲਾਂ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਡੇਟਾ ਇਕੱਠਾ ਕੀਤਾ ਸੀ ਪਰ ਅਸੀਂ ਸਾਡੀ ਇਨਫੋਰਮੇਸ਼ਨ ਹੈ ਔਰ ਜਦੋਂ ਅਸੀਂ ਫੋਨ ਕਰਕੇ ਪੁੱਛਦੇ ਸੀ ਉਹਦੇ 'ਚੋਂ ਕੁਝ ਡਾਟਾ ਜਿਹੜਾ ਸੀਗਾ ਉਹ ਜਾਲੀ ਨਿਕਲਿਆ ਔਰ ਕਈ ਜਿਹੜੇ ਸਾਡੇ ਵਾਲੰਟੀਅਰ ਸਨ ਸਹੀ ਵਾਲੰਟੀਅਰ ਸਨ ਲੇਕਿਨ ਉਹ ਘਰ ਬਹਿ ਗਏ ਸਨ
ਪਰ ਹੁਣ ਵਾਪਸ ਆਉਣਾ ਚਾਹੁੰਦੇ ਆ। ਸੋ ਇਸ ਕਰਕੇ ਕਿਉਂਕਿ ਸਾਨੂੰ ਕਿਹਾ ਜਾ ਰਿਹਾ ਤੁਸੀਂ ਡੇਟਾ ਇਕੱਠਾ ਕਿਉਂ ਕਰ ਰਹੇ ਜੇ, ਸਿਰਫ ਡੇਟਾ ਇਸ ਕਰਕੇ ਇਕੱਠਾ ਕਰ ਰਹੇ ਹਾਂ ਕਿ ਸਾਨੂੰ ਜਿਹੜੇ ਦੁਬਾਰਾ ਇੱਕ ਵਾਰੀ ਜਾਗ ਪਏ ਆ ਔਰ ਸਾਡੇ ਨਾਲ ਜੁੜਨਾ ਚਾਹੁੰਦੇ ਆ, ਉਹਨਾਂ ਨੂੰ ਅਸੀਂ ਨਾਲ ਫਿਰ ਲੈ ਸਕੀਏ ਔਰ ਉਹਨਾਂ ਦੀਆਂ ਸੁਜੈਸ਼ਨਸ ਲੈ ਸਕੀਏ। ਅਸੀਂ ਇਸ ਫਾਰਮ ਦੇ ਵਿੱਚ ਸੁਜੈਸ਼ਨ ਵੀ ਇੱਕ ਰੱਖਿਆ ਹੋਇਆ, ਕਾਲਮ ਸੁਜੈਸ਼ਨ। ਨਾਜ਼ਰ ਸਿੰਘ ਮਾਨਸੀਆ ਸਾਡੇ ਸਤਿਕਾਰਯੋਗ ਐਮਐਲਏ ਸਾਹਿਬਾਨ ਸਾਡੇ ਨਾਲ ਆ ਗਏ ਨੇ, ਮੀਟਿੰਗ ਦੇ ਵਿੱਚ ਬਿਜ਼ੀ ਸਨ ਇਸ ਕਰਕੇ ਥੋੜ੍ਹਾ ਲੇਟ ਆਏ। ਆਓ ਜੀ ਨਾਜ਼ਰ ਸਿੰਘ। ਸਾਡੇ ਕੁਝ ਐਮਐਲਏ ਸਾਹਿਬਾਨ ਜਿਹੜੇ ਆ ਉਹ ਅੱਜ ਇਸ ਕਰਕੇ ਨਹੀਂ ਆ ਸਕੇ ਕਿਉਂਕਿ ਆਪਣੇ ਆਪਣੇ ਹਲਕਿਆਂ ਦੇ ਵਿੱਚ ਬਿਜ਼ੀ ਆ। ਸੋ ਮੈਂ ਐਕਸਪਲੇਨ ਕਰਨਾ ਚਾਹੁੰਦਾ ਵੀ ਇਸ ਕਰਕੇ ਸਾਡੇ ਨਾਲ ਇਸ ਵੇਲੇ ਨਹੀਂ। ਸੋ ਇਹ ਅਸੀਂ ਡੇਟਾ ਇਸ ਕਰਕੇ ਇਕੱਠਾ ਕਰ ਰਹੇ ਹਾਂ ਕਿਉਂਕਿ ਅਸੀਂ ਸੁਝਾਅ ਵੀ ਚਾਹੁੰਦੇ ਲੋਕਾਂ ਦੇ ਕਿ ਉਹ ਦੱਸ ਸਕਣ ਕਿ ਅਸੀਂ ਸਾਨੂੰ ਅੱਗੇ ਕਿਵੇਂ ਵਧਣਾ ਚਾਹੀਦਾ ਵਾ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਵਾਲੰਟੀਅਰਸ ਦੀ ਕਨਵੈਨਸ਼ਨ ਨੇ ਸਰਬਸੰਮਤੀ ਦੇ ਨਾਲ ਜਿਹੜੇ ਹੁਣ ਤੱਕ ਦਾ ਢਾਂਚਾ ਬਣਿਆ ਸੀ ਨਕਾਰਾ ਹੋ ਚੁੱਕਾ ਸੀ, ਜਿਹੜਾ ਜਿਹਦੇ ਕਰਕੇ ਪਾਰਟੀ ਨੂੰ ਢਹਿ ਲੱਗੀ ਆ ਪਿਛਲੇ ਸਾਲ ਦੇ ਵਿੱਚ, ਉਹ ਅਸੀਂ ਉਹਨੂੰ ਰੱਦ ਕਰਤਾ ਵਾ ਅਤੇ ਹੁਣ ਕਿਹੋ ਜਿਹਾ ਢਾਂਚਾ ਸਾਨੂੰ ਚਾਹੀਦਾ ਵਾ ਉਹਦੇ ਵਾਸਤੇ ਵੀ ਸਾਨੂੰ ਬਹੁਤ ਵਧੀਆ ਸੁਝਾਅ ਆ ਰਹੇ ਆ। ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਕਿ ਸਾਡੀ ਕੋਈ ਉਦੋਂ ਮਜਬੂਰੀ ਨਹੀਂ ਸੀ, ਅਸੀਂ ਪਾਰਟੀ ਦੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਜਿੰਨਾ ਕੁ ਵਿਰੋਧ ਕਰ ਸਕਦੇ ਸੀ ਕੀਤਾ ਵਾ, ਜਿੰਨਾ ਕੁ ਵਿਰੋਧ ਕਰ ਸਕਦੇ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਦੋਂ ਸੁੱਚਾ ਸਿੰਘ ਛੋਟੇ ਪੁਰ ਨੂੰ ਕੱਢਿਆ ਗਿਆ ਅਸੀਂ ਉਹਦਾ ਵਿਰੋਧ ਕੀਤਾ, ਨਹੀਂ ਉਹ ਚਲੋ ਸਾਈਨ ਇੱਕ ਹੋ ਗਏ, ਉਹ ਤੋਂ ਅਗਲੇ ਦਿਨ ਫਿਰ ਦੁਬਾਰਾ ਇਹਨਾਂ ਨੇ ਕੋਸ਼ਿਸ਼ ਕੀਤੀ, ਮੈਂ ਸੁਖਪਾਲ ਸਿੰਘ ਖਹਿਰਾ ਹਰਵਿੰਦਰ ਫੁਲਕਾ ਅਸੀਂ ਤਿੰਨਾਂ ਨੇ ਸੁੱਚਾ ਸਿੰਘ ਛੋਟੇਪੁਰ ਨਾਲ ਮੀਟਿੰਗ ਕੀਤੀ, ਅਰਵਿੰਦ ਕੇਜਰੀਵਾਲ ਨੂੰ ਕਿਹਾ ਵੀ ਇਹ ਨਾ ਕਰੋ। ਦੇਖੋ ਇਸ ਤਰ੍ਹਾਂ ਹੁੰਦਾ ਵਾ ਕਈ ਵਾਰ ਪਾਰਟੀ ਦੇ ਅਨੁਸ਼ਾਸਨ 'ਚ ਰਹਿ ਕੇ ਕੋਈ ਫੈਸਲਾ ਹੋ ਜਾਂਦਾ ਵਾ, ਪਰ ਕੋਸ਼ਿਸ਼ ਇੱਕ ਮਿੰਟ ਉਸ ਤੋਂ ਬਾਅਦ ਜਿਹੜੀਆਂ ਟਿਕਟਾਂ ਸਾਨੂੰ ਜਦੋਂ ਪੁੱਛਿਆ ਗਿਆ ਅਸੀਂ ਲਗਾਤਾਰ ਸਾਨੂੰ ਜਿਹੜੀਆਂ ਲੱਗਦਾ ਸੀ ਵੀ ਗਲਤ ਟਿਕਟਾਂ ਦਿੱਤੀਆਂ ਜਾ ਰਹੀਆਂ ਵਾ, ਅਖੀਰਲੀਆਂ ਕੁਝ ਟਿਕਟਾਂ ਦੇ ਵਿੱਚ ਤਾਂ ਮੀਟਿੰਗ ਹੀ ਨਹੀਂ ਹੋਈ ਕੋਈ, ਉਹਦਾ ਵੀ ਅਸੀਂ ਵਿਰੋਧ ਕੀਤਾ। ਲੇਕਿਨ ਜਦੋਂ ਸਾਨੂੰ ਲੱਗਾ ਕਿ ਇਸ ਟਿਕਟਾਂ ਗਲਤ ਆ ਅਸੀਂ ਉਦੋਂ ਵੀ ਵਿਰੋਧ ਕਰਦੇ ਰਹੇ। ਅੱਜ ਮੈਂ ਪੜ੍ਹ ਰਿਹਾ ਸੀਗਾ ਅਖਬਾਰ ਦੇ ਵਿੱਚ, ਕੱਲ੍ਹ ਦੀ ਅਖਬਾਰ ਦੇ ਵਿੱਚ ਆਇਆ ਵਾ, ਅਜੀਤ ਅਖਬਾਰ ਦੇ ਵਿੱਚ ਅੱਜ ਦੀ ਹਾਂ ਉਹ ਖਬਰ ਆ ਕਿ ਇੱਕ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਇੱਕ ਅਬਜ਼ਰਵਰ ਜਿਹੜਾ ਸੀਗਾ ਉਹਨੇ ਪੈਸੇ ਲੈ ਲਏ, ਔਰ ਸਿਰਫ ਉਹ ਇੱਕ ਬੰਦੇ ਨੇ ਉਹ ਇੱਕ ਟਿਕਟ 'ਤੇ ਨਹੀਂ, ਸਾਡੇ ਰੋਪੜ ਦੇ ਵਿੱਚ ਆਮ ਉਦੋਂ ਰੌਲਾ ਸੀਗਾ ਕਿ ਘੱਟੋ ਘੱਟ 2-3 ਟਿਕਟਾਂ 'ਤੇ ਪੈਸੇ ਲਏ ਗਏ ਆ। ਸੋ ਉਦੋਂ ਵੀ ਅਸੀਂ ਇਹ ਗੱਲ ਕਰਦੇ ਰਹੇ ਹਾਂ। ਸੋ ਸਾਡੀ ਕੋਈ ਮਜਬੂਰੀ ਨਹੀਂ ਸੀ, ਕੈਂਪੇਨ ਕਮੇਟੀ ਦੇ ਵਿੱਚ ਮੇਰੇ ਖਿਆਲ ਸਾਡੇ ਅਸੀਂ 2-3 ਬੰਦੇ ਉਦੋਂ ਖੁੱਲ੍ਹ ਕੇ ਵਿਰੋਧ ਕਰਦੇ ਰਹੇ ਹਾਂ। 2-3 ਵਾਰੀ ਇਹ ਵੀ ਹੋਇਆ ਉੱਥੇ ਕਿ ਦਿੱਲੀ ਨੂੰ ਹੁਣ ਬੈਕ ਸੀਟ ਲੈਣੀ ਚਾਹੀਦੀ ਆ, ਦਿੱਲੀ ਇਹ ਨਾ ਲਵੇ ਇਸ ਤਰ੍ਹਾਂ ਜਿਵੇਂ ਦਖਲ ਦੇ ਰਹੀ ਹੈ ਇੱਥੇ, ਇਹ ਵੀ ਉੱਥੇ ਖੁੱਲ੍ਹ ਕੇ ਗੱਲ ਹੋਈ। ਅਫਸੋਸ ਆ ਵੀ ਸਾਡੇ ਪੰਜਾਬ ਦੇ ਕੁਝ ਸਾਥੀ ਉਸ ਵੇਲੇ ਸਾਡੇ ਨਾਲ ਸਹਿਮਤ ਨਹੀਂ ਸਨ। ਸੋ ਇਹੋ ਜਿਹੀ ਕੋਈ ਗੱਲ ਨਹੀਂ ਵੀ ਹੁਣ ਅਸੀਂ ਬੋਲ ਰਹੇ ਉਦੋਂ ਨਹੀਂ ਸੀ ਬੋਲਦੇ। ਦੇਖੋ ਪਾਰਟੀ ਦੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਔਰ ਲਗਾਤਾਰ ਜੋ ਆ ਪਿਛਲੇ ਇੱਕ ਸਾਲ ਦੇ ਵਿੱਚ ਵੀ ਜਿਹੜੇ ਫੈਸਲੇ ਲਏ ਗਏ ਆ ਅਸੀਂ ਉਹਦੇ 'ਚ ਵਿਰੋਧ ਕਰਦੇ ਰਹੇ। ਤੁਹਾਨੂੰ ਪਤਾ ਹੀ ਆ ਕਿ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਮੁਆਫੀ ਮੰਗੀ ਆ ਬਿਕਰਮ ਸਿੰਘ ਮਜੀਠੀਆ ਨੂੰ ਅਸੀਂ ਉਦੋਂ ਵੀ ਵਿਰੋਧ ਕੀਤਾ ਵਾ, ਪਾਰਟੀ ਦੇ ਵਿੱਚ ਰਹਿ ਕੇ ਵੀ ਕੀਤਾ ਵਾ, ਜਦੋਂ ਤਿੰਨ ਰਾਜ ਸਭਾ ਦੀਆਂ ਸੀਟਾਂ ਦਿੱਤੀਆਂ ਗਈਆਂ ਵਾ ਉਦੋਂ ਵੀ ਵਿਰੋਧ ਕੀਤਾ, ਲਿਖਤੀ ਰੂਪ 'ਚ ਵਿਰੋਧ ਕੀਤਾ, ਮੈਂ ਚਿੱਠੀ ਲਿਖੀ ਆ, ਆਪਸ ਸਲਾਹ ਕਰਕੇ ਹੀ ਚਿੱਠੀ ਲਿਖੀ ਆ। ਸੋ ਇਹ ਨਹੀਂ ਗੱਲ ਵੀ ਅਸੀਂ ਆਵਾਜ਼ ਨਹੀਂ, ਦੇਖੋ ਜਿੱਥੇ ਬੱਸ ਚੱਲਦਾ ਵਾ ਜ਼ਰੂਰ ਆਪਣੀ ਕੋਸ਼ਿਸ਼ ਕਰਦੇ ਰਹੇ। ਜਿੱਥੇ ਮੈਂ ਅਸੀਂ ਸਾਰੇ ਸਤਿਕਾਰਯੋਗ ਸਾਡੇ ਐਮ ਐਲ ਏ ਪਾਰਟੀ ਦੇ
ਜਿੰਨੇ ਮੇਰੇ ਪਿੱਛੇ ਖੜੇ ਨੇ ਵਾਲੰਟੀਅਰਸ, ਇੱਕ ਇੱਕ ਦੀ MLA ਜਿੰਨੀ ਹੀ ਕਦਰ ਕੀਮਤ ਆ ਪਾਰਟੀ ਦੇ ਵਿੱਚ। ਅਸੀਂ ਜਿੱਥੇ ਜੈ ਸਿੰਘ ਰੋੜੀ ਵਰਗੇ ਇੱਕ ਜੈ ਸਿੰਘ ਰੋੜੀ ਦੋਵੇਂ ਚੱਲ ਜਾਂਦੇ ਸ਼ੋਰਟ ਚ ਜੈ ਸਿੰਘ ਰੋੜੀ ਕਹਿ ਦਿੰਦੇ ਜੈ ਕ੍ਰਿਸ਼ਨ ਸਿੰਘ ਰੋੜੀ ਜੀ ਦਾ ਅਸੀਂ ਸਵਾਗਤ ਕਰਦੇ ਹਾਂ। ਇੱਕ ਬਹੁਤ ਅੱਛਾ ਫੈਸਲਾ ਲਿਆ ਉੱਥੇ। ਮੈਂ ਸਾਰੇ ਆਪਣੇ ਸਤਿਕਾਰਯੋਗ ਜਿਹੜੇ ਗੈਰਤਮੰਦ ਪੰਜਾਬ ਪ੍ਰਤੀ ਭਾਵਨਾਵਾਂ ਰੱਖਣ ਵਾਲੇ ਜਿਹੜੇ MLA ਜਿਹੜੇ ਅੱਜ ਤੱਕ ਸਾਡੇ ਨਾਲ ਨਹੀਂ ਸਹਿਮਤ ਹੋਏ, ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਨਿਮਰਤਾ ਦੇ ਨਾਲ। ਇਹ ਲੜਾਈ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਨਹੀਂ ਗੀ, ਇਹ ਨਾ ਨਾਜਰ ਸਿੰਘ ਜੀ ਦੀ ਲੜਾਈ ਹੈ, ਨਾ ਇਹ ਸੰਧੂ ਸਾਹਿਬ ਦੀ ਜਾਂ ਮਾਸਟਰ ਬਲਦੇਵ ਸਿੰਘ ਦੀ ਜਾਂ ਜੈ ਸਿੰਘ ਰੋੜੀ ਦੀ ਲੜਾਈ ਆ। ਇਹ ਲੜਾਈ ਪੰਜਾਬ ਦੇ ਹਿੱਤਾਂ ਦੀ ਲੜਾਈ ਆ। ਔਰ ਇਹ ਅਗਰ ਅਸੀਂ ਇਹ ਫੈਸਲੇ ਤੁਸੀਂ ਜਿੱਦਾਂ ਪੁਆਇੰਟ ਆਊਟ ਕੀਤਾ, ਅਗਰ ਅਸੀਂ ਸਾਰੇ ਪੰਜਾਬ ਦੇ ਲੋਕ ਉਸ ਵਕਤ ਖੜੇ ਉਹਨਾਂ ਦੇ ਖਿਲਾਫ ਉਹਨਾਂ ਨੂੰ ਅਸੀਂ ਪੰਜਾਬ ਦੀ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾ ਦਿੰਦੇ ਤਾਂ ਸ਼ਾਇਦ ਆਮ ਆਦਮੀ ਪਾਰਟੀ ਦਾ ਹਸ਼ਰ ਇਹ ਨਾ ਹੁੰਦਾ ਜੋ ਅੱਜ ਸੀਗਾ। ਸੋ ਹੁਣ ਇਟ ਇਜ਼ ਦ ਰਾਈਟ ਟਾਈਮ। ਮੈਂ ਸਾਰੇ ਆਪਣੇ MLA ਸਾਹਿਬਾਂ ਨੂੰ, ਆਪਣੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਨੂੰ ਔਰ ਸਭ ਨੂੰ ਅਪੀਲ ਕਰੂੰਗਾ ਕਿ ਪੰਜਾਬ ਦੇ ਹਿੱਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਪੰਜਾਬ ਬਹੁਤ ਗੈਰਤਮੰਦ ਲੋਕਾਂ ਦਾ ਸੂਬਾ ਵਾ, ਇੱਥੇ ਬਹੁਤ ਸਾਰੇ ਸ਼ਹੀਦਾਂ ਦਾ ਖੂਨ ਡੁੱਲਿਆ ਇਸ ਧਰਤੀ 'ਤੇ, ਸਾਨੂੰ ਇਹ ਫੈਸਲਾ ਜ਼ਰੂਰ ਹੋਣਾ ਚਾਹੀਦਾ, ਇਹ ਅਧਿਕਾਰ ਜ਼ਰੂਰ ਹੋਣਾ ਚਾਹੀਦਾ ਕਿ ਪੰਜਾਬ ਦੇ ਮੁੱਦਿਆਂ ਦਾ, ਪੰਜਾਬ ਦੀ ਤਕਦੀਰ ਦਾ, ਪੰਜਾਬ ਦੇ ਭਵਿੱਖ ਦਾ ਫੈਸਲਾ ਪੰਜਾਬ ਦੇ ਲੋਕਾਂ ਨੂੰ ਅਧਿਕਾਰ ਹੋਣਾ ਚਾਹੀਦਾ ਕਿ ਪੰਜਾਬ ਦੀ ਧਰਤੀ 'ਤੇ ਹੋਵੇ। ਸਭ ਤੋਂ ਵੱਡਾ ਮੇਨ ਇਹ ਜਿਹੜਾ ਮੁੱਦਾ ਸਾਡਾ ਲੈ ਕੇ ਚੱਲਦੇ ਹਾਂ। ਮੈਂ ਸਭ ਨੂੰ ਉਹਨਾਂ ਨੂੰ ਅਪੀਲ ਕਰੂੰਗਾ, ਲੋਕਾਂ ਦੀ ਆਵਾਜ਼ ਸੁਣੋ। ਲੋਕ ਜ਼ੋਰ ਨਾਲ ਪੁਕਾਰ ਰਹੇ ਨੇ ਤੁਹਾਨੂੰ, NRI ਬੈਠੇ ਨੇ ਸਾਰੇ ਵਿਸ਼ਵ ਦੇ ਵਿੱਚ, ਉਹ ਤੁਹਾਨੂੰ ਪੁਕਾਰ ਰਹੇ ਨੇ ਬਹੁਤ ਜ਼ੋਰ ਦੇ ਨਾਲ, ਔਰ ਤੁਹਾਡੇ ਆਪਣੇ ਇਲਾਕੇ ਦੇ ਵਾਲੰਟੀਅਰਸ ਤੁਹਾਨੂੰ ਪੁਕਾਰ ਰਹੇ ਨੇ, ਅਸੀਂ ਪੁਕਾਰ ਰਹੇ ਹਾਂ। ਦੱਸ ਦਈਏ ਕਿ ਜੈ ਕਿਸ਼ਨ ਰੋੜੀ ਦੇ ਇਸ ਐਲਾਨ ਤੋਂ ਬਾਅਦ ਖਹਿਰਾ ਦੇ ਸਮਰਥਕ ਵਿਧਾਇਕਾਂ ਦੀ ਗਿਣਤੀ 7 ਹੋ ਗਈ ਹੈ। ਇਸ ਤੋਂ ਪਹਿਲਾਂ ਹਲਕਾ ਖਰੜ ਤੋਂ ਵਿਧਾਇਕ ਕੰਵਰ ਸੰਧੂ, ਮੋੜ ਮੰਡੀ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ, ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ, ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਅਤੇ ਪਦੋੜ ਤੋਂ ਵਿਧਾਇਕ ਪਿਰਮਲ ਸਿੰਘ ਖਹਿਰਾ ਦੇ ਸਮਰਥਨ ਦਾ ਐਲਾਨ ਕਰ ਚੁੱਕੇ ਨੇ। ਹੁਣ ਇੰਝ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਖਹਿਰਾ ਅਤੇ ਕੇਜਰੀਵਾਲ ਧੜਾ ਬਣ ਚੁੱਕਿਆ ਹੈ। ਲਿਹਾਜ਼ਾ ਇਸ ਖਬਰ ਦੇ ਨਾਲ ਕੇਜਰੀਵਾਲ ਨੂੰ ਝਟਕਾ ਲੱਗਣਾ ਲਾਜ਼ਮੀ ਹੈ। ਬਿਊਰੋ ਰਿਪੋਰਟ, B5 ਚੈਨਲ ਪੰਜਾਬੀ। ਕੀ ਤੁਹਾਨੂੰ ਨਜ਼ਰ ਦੀ ਲੱਗੀ ਹੋਈ ਹੈ ਐਨਕ? ਕੀ ਤੁਹਾਡੀ ਐਨਕ ਦਾ ਨੰਬਰ ਵਾਰ-ਵਾਰ ਵੱਧ ਰਿਹਾ? ਕਾਲਾ ਮੋਤੀਆ, ਅੱਖਾਂ ਦੇ ਪਰਦੇ ਖਰਾਬ ਜਾਂ ਅੱਖਾਂ ਦੇ ਆਪਰੇਸ਼ਨ ਤੋਂ ਬਾਅਦ ਵੀ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਦਿਨੋ ਦਿਨ ਘਟਦੀ ਜਾ ਰਹੀ ਹੈ, ਤਾਂ ਪੂਰੀ ਦੁਨੀਆ ਦੇ ਵਿੱਚ ਬਿਨਾਂ ਆਪਰੇਸ਼ਨ ਅੱਖਾਂ ਦੀ ਜੋਤ ਵਧਾਉਣ ਦੇ ਲਈ ਇੱਕੋ ਇੱਕ ਭਰੋਸੇਮੰਦ ਨਾਮ ਯਾਦ ਰੱਖੋ, ਨੈਚੁਰਲ ਵਿਜ਼ਨ ਸੈਂਟਰ ਪਟਿਆਲਾ। BAMS ਡਾਕਟਰ ਸਹਿਬਾਨਾ ਦੀ ਦੇਖ ਰੇਖ ਹੇਠ ਹੁਣ 100% ਆਯੁਰਵੈਦਿਕ ਦਵਾਈਆਂ ਦੀ ਵਰਤੋਂ ਨਾਲ ਤੁਸੀਂ ਪਾ ਸਕਦੇ ਹੋ ਐਨਕ ਤੋਂ ਛੁਟਕਾਰਾ। ਕੰਡੀਸ਼ਨ ਅਪਲਾਈ। ਜ਼ਰੂਰੀ ਸੂਚਨਾ, ਸੁਤੰਤਰਤਾ ਸੈਲਾਨੀਆਂ ਦੇ ਪਰਿਵਾਰਾਂ, ਫੌਜ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਤੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦਾ ਸਾਡੇ ਸੈਂਟਰ ਵੱਲੋਂ 100% ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਹਰ ਮੁੱਦੇ ਤੇ ਖਬਰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ D5 ਚੈਨਲ ਪੰਜਾਬੀ। ਕਿਸੇ ਵੀ ਤਰ੍ਹਾਂ ਦੀ ਨਿਊਜ਼, ਇਸ਼ਤਿਹਾਰ, ਪ੍ਰਮੋਸ਼ਨ ਦੀ ਵੀਡੀਓ ਰਿਕਾਰਡਿੰਗ ਜਾਂ ਫਿਰ ਲਾਈਵ ਕਰਾਉਣ ਲਈ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ, +91 98 882 28545, +91 98 142 13 453।